ਸੁਖਬੀਰ ਬਾਦਲ ਨੇ ਸੁਲਤਾਨਪੁਰ ਦੇ ਅਹਾਲੀ ਕਲਾਂ ਪਿੰਡ ਦਾ ਦੌਰਾ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹਾਲਾਤਾਂ ਤੇ ਸਿਆਸਤ ਨਾ ਕਰਨ, ਇਹ ਹਾਲਾਤ ਕਾਫੀ ਦਰਦਨਾਕ ਹਨ। ਅਤੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਕੇਵਲ ਬਿਆਨਬਾਜ਼ੀ ਕਰ ਰਹੇ ਹਨ, SGPC ਅਤੇ ਸ਼੍ਰੋਮਣੀ ਅਕਾਲੀ ਦਲ ਮਿਲ ਕੇ ਲੋਕਾਂ ਦੀ ਰਾਹਤ ਦੇ ਲਈ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਦੁਆਰਾ 10 ਰਾਜਾਂ ਦੀ ਸੂਚੀ ਬਣਾ ਕੇ ਪੰਜਾਬ ਨੂੰ ਨਾ ਰੱਖਣ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕੇਂਦਰ ਸਰਕਾਰ ਨੂੰ ਆਪਣਾ ਪ੍ਰਪੋਜ਼ਲ ਬਣਾ ਕੇ ਭੇਜਿਆ ਹੀ ਨਹੀਂ, ਮਦਦ ਕਿਵੇਂ ਮਿਲੇਗੀ? ਸੁਣ ਲਓ ਯਾਰ, ਸਾਰਾ ਜਿਹੜਾ ਇਲਾਕੇ ਵੀ ਆਪ ਦੇਖਣ ਵਾਸਤੇ ਆਏ ਆ। ਮੈਂ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਨਾਲ ਹਾਂ। ਅਚਾਨਕ ਬਾਰਿਸ਼ ਕਰਕੇ ਆਹ ਜਿਹੜਾ ਸੁਲਤਾਨਪੁਰ ਲੋਧੀ ਲੋਹੀਆਂ ਸ਼ਾਹਕੋਟ ਏਰੀਆ ਅਤੇ ਉੱਧਰ ਰੋਪੜ ਅਤੇ ਉੱਧਰ ਸਾਈ ਜਗ੍ਹਾ 'ਤੇ ਕਾਫੀ ਵੱਡਾ ਨੁਕਸਾਨ ਲੋਕਾਂ ਦਾ ਹੋਇਆ, ਜਨਤਾ ਦਾ, ਜ਼ਮੀਨਾਂ ਦਾ, ਫਸਲਾਂ ਦਾ ਵੀ ਨੁਕਸਾਨ ਹੋਇਆ, ਘਰਾਂ ਦਾ ਵੀ ਨੁਕਸਾਨ ਹੋਇਆ। ਤੋ ਅੱਜ ਅਸੀਂ ਇਕੱਠੇ ਆਏ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਫੋਂ, ਡਾਕਟਰਾਂ ਦੀ ਜਿੰਨੀ ਗੁਰੂ ਰਾਮਦਾਸ ਹੋਸਪਿਟਲ ਦੀ ਜਿਹੜੀ ਟੀਮ ਹੈ ਡਾਕਟਰਾਂ ਦੀ, ਸਾਰੀ ਇੱਥੇ ਪਹੁੰਚ ਗਈ ਹੈ। ਪਿੰਡ ਪਿੰਡ ਜਾ ਕੇ ਕਿਸ ਨੂੰ ਕੋਈ ਲੋੜ ਹੈ ਉਹ ਇੰਤਜ਼ਾਮ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਕੱਠੇ ਹੋ ਕੇ ਅੱਜ ਲੰਗਰ ਦਾ ਪ੍ਰਬੰਧ, ਜਿੱਥੇ ਜਿੱਥੇ ਨਗਰ ਜਾ ਕੇ ਵੈਨਾਂ 'ਚ ਲੰਗਰ ਵਰਤਾ ਰਹੇ ਹੈ। ਅਤੇ ਅਸੀਂ ਕੱਲ੍ਹ, ਮੈਨੂੰ ਟੈਲੀਫੋਨ ਆਇਆ ਸੀ ਯੂਨੀਅਨ ਹੋਮ ਫੂਡ ਪ੍ਰੋਸੈਸਿੰਗ ਮਿਨਿਸਟਰ ਸਿਮਰਤ ਬਾਦਲ ਦਾ, ਉਹਨਾਂ ਨੇ ਵੀ ਆਪਣੇ ਪ੍ਰੋਸੈਸ ਫੂਡ ਦੇ 10 ਟਰੱਕ ਕੱਲ੍ਹ ਭੇਜ ਰਹੇ ਆ ਜਿੱਥੇ ਆਪਣੀ ਸੰਗਤਾਂ ਨੂੰ ਕਿਸੇ ਦੀ ਲੋੜ ਹੈ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕੈਪਟਨ ਸਾਹਿਬ ਨੂੰ ਕਿ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ, ਘੱਟ ਤੋਂ ਘੱਟ 20-25 ਹਜ਼ਾਰ ਰੁਪਇਆ ਇੱਕ ਕਿੱਲੇ ਦਾ ਮੁਆਵਜ਼ਾ, 25 ਹਜ਼ਾਰ ਜੇ ਘੱਟ ਤੋਂ ਘੱਟ ਖਰਚਾ ਉਹਨਾਂ ਦਾ ਪੂਰਾ ਹੋ ਸਕੇ, ਇੰਨਾ ਨੁਕਸਾਨ ਹੋਇਆ ਉਹ ਇਮੀਡੀਏਟਲੀ ਦੇ। ਬਾਕੀ ਆ ਜਿਹੜੇ ਬੰਦ ਨੂੰ ਪੱਕਾ ਕਰਨ ਵਾਸਤੇ ਜੀ ਕੋਈ ਪੱਕੇ ਇੰਤਜ਼ਾਮ ਕਰਨ, ਅਫਸੋਸ ਇਸ ਗੱਲ ਦਾ ਕਿ ਆ ਵੱਡਾ ਕਾਰਨ ਹੈ ਜਿਹੜਾ ਇੱਕ ਤਾਂ ਬੰਦ ਟੁੱਟਿਆ, ਇਲੀਗਲ ਮਾਈਨਿੰਗ ਜਿਹੜੀ ਇਸ ਸਰਕਾਰ ਦੇ ਰਾਹੀਂ ਹੋ ਰਹੀ ਹੈ, ਉਹਦੇ ਨਾਲ ਐਡੇ ਵੱਡੇ ਬੰਦ ਤੋੜੇ ਜਾ ਰਹੇ ਆ। ਲੋਕ ਜਿਹੜੇ ਸਮਗਲਰ ਹੈ, ਜਿਹੜੇ ਜੀ ਮਾਈਨਿੰਗ ਕਰਨ ਮਾਫੀਆ ਹੈ, ਉਹਨਾਂ ਨੇ ਸਾਰਾ ਹੀ ਸਿਸਟਮ ਹਿਲਾਤਾ ਆਪਣੇ ਨਹਿਰਾਂ ਦਾ, ਨਦੀਆਂ ਦਾ, ਕਿਉਂਕਿ ਸਾਰਾ ਇਲੀਗਲ ਮਾਈਨਿੰਗ ਹੋ ਰਹੀ ਹੈ। ਅਤੇ ਹੁਣ ਕੀ ਹੋਇਆ, ਮੀਂਹ ਪਏ ਦੇ ਕਰਕੇ ਸਾਰੇ ਬੰਦ ਟੁੱਟ ਗਏ। ਦੂਜੀ ਗੱਲ, ਕੈਪਟਨ ਸਾਹਿਬ ਦੀ ਸਰਕਾਰ ਨੂੰ ਪਹਿਲੇ ਦੇਖਣਾ ਚਾਹੀਦਾ ਸੀ, ਜੋ ਬਾਦਲ ਸਾਹਿਬ ਮੁੱਖ ਮੰਤਰੀ ਸੀ, 3 ਮਹੀਨੇ ਪਹਿਲੇ ਹੀ ਬਰਸਾਤਾਂ ਤੋਂ ਹਰ ਸਾਲ ਮੀਟਿੰਗ ਕਰਦੇ ਸੀ। ਤੋ ਮੀਟਿੰਗ ਦੇ ਬਾਅਦ ਉਹ ਦੇਖ ਦਿੰਦੇ ਜਿੱਥੇ ਇੱਥੇ ਲੋੜ ਆ ਉੱਥੇ ਪੈਸਾ ਪਹਿਲੇ ਭੇਜ ਦਿੰਦੇ ਸੀ, ਤਾਂ ਹੀ ਦੇਖੋ ਇੰਨੇ ਸਾਲ ਬਚਾਅ ਹੁੰਦਾ ਰਿਹਾ। ਪਰ ਅਫਸੋਸ ਇਸ ਗੱਲ ਦਾ, ਮੈਂ ਅੱਜ ਕਹਿਣਾ ਵੀ ਨਹੀਂ ਚਾਹੁੰਦਾ ਕਿਉਂਕਿ ਸਮਾਂ ਇਸ ਗੱਲ ਦੀ ਗੱਲ ਕਰਨ ਦੀ ਲੋੜ ਨਹੀਂ ਹੈ। ਪਰ ਫਿਰ ਵੀ ਮੈਂ ਮਜਬੂਰ ਕਹਿ ਰਿਹਾ ਕਿ ਹੁਣ ਵੀ ਉਹ ਤਿਆਰੀ ਰੱਖਣ, ਪੈਸਾ ਲੈਣ ਕੇ ਜੋ ਜਿੱਥੇ ਇੱਥੇ ਲੋੜ ਹੈ ਉੱਥੇ ਕਨੈਕਸ਼ਨ ਦੇਣ। ਸਰ, ਕੈਪਟਨ ਸਾਹਿਬ ਅੱਜ ਇੱਥੇ ਹੋ ਕੇ ਗਏ ਨੇ, ਕਹਿੰਦੇ ਨੇ ਅਸੀਂ ਵਿਸ਼ਵ ਬੈਂਕ ਦੇ ਨਾਲ ਪਲੈਨਿੰਗ ਕਰ ਰਹੇ ਹਾਂ ਵੀ ਹੁਣ ਪੰਜਾਬ ਦੀਆਂ ਨਦੀਆਂ ਜਾਂ ਦਰਿਆ ਨੇ ਉਹ ਅਲਾਈਨਮੈਂਟ ਕਰਾਂਗੇ, ਚੈਨਲਾਈਜ਼ ਕਰਾਂਗੇ, ਅੱਜ ਇਹ ਅਨਾਊਂਸਮੈਂਟ ਕਰਦੇ ਨੇ। ਉਹਨਾਂ ਨੂੰ ਝੂਠੇ ਵਾਅਦੇ ਨਾ ਕਰ, ਪ੍ਰੈਕਟੀਕਲੀ ਗੱਲ ਕਰ। 2.5 ਸਾਲ ਬਾਅਦ ਜਾਗੇ ਹੈ, 2.5 ਸਾਲ ਪਹਿਲੇ ਜਾਗੇ, ਹੁਣ ਵੀ ਜੇ ਜਾਗੇ ਤਾਂ ਜਾਗ ਲੈਣ ਤੇ ਕੋਈ ਨਾ ਕੋਈ ਕੇਂਦਰ ਸਰਕਾਰ ਨੇ 10 ਸਟੇਟਾਂ ਦੀ ਸੂਚੀ ਬਣਾਈ ਹੈ, ਉੱਥੇ ਪੰਜਾਬ ਦਾ ਨਾਮ ਨਹੀਂ ਸ਼ਾਮਿਲ ਹੈ। ਸੂਚੀ ਬਣਾਈ ਹੈ ਹਰ ਸਟੇਟਾਂ ਦੀ। ਮੈਂ ਦੌਰਾ ਕਰ ਲਿਆ, ਸੈਂਟਰ ਸਰਕਾਰ ਤਰਫੋਂ ਕਰੋੜਾਂ ਰੁਪਏ ਨੈਸ਼ਨਲ ਡਿਜ਼ਾਸਟਰ ਰਿਲੀਫ ਦੇ ਹਰ ਸੂਬੇ ਨੂੰ ਦਿੱਤੇ ਜਾਂਦੇ ਆ, ਉਹ ਸੂਬੇ ਦੇ ਖਜ਼ਾਨੇ 'ਚ ਹੈ। ਸੋ ਉਹ ਪੈਸਾ ਇਮੀਡੀਏਟਲੀ ਇਹਨਾਂ ਨੂੰ ਖਰਚਣਾ ਚਾਹੀਦਾ।
ਆ ਪੈਸਾ ਸੈਂਟਰ ਤੋਂ ਆਉਂਦਾ ਨੈਸ਼ਨਲ ਕਲੈਮਿਟੀ ਰਿਲੀਫ ਦਾ। ਸੋ ਆਹ ਜਿਹੜਾ ਪ੍ਰਪੋਜ਼ਲ ਹੈ ਪੰਜਾਬ ਸਰਕਾਰ ਭੇਜੂਗੀ, ਡਿਕਲੇਅਰ ਕਰੂਗੀ ਨੈਸ਼ਨਲ ਕਲੈਮਿਟੀ, ਫਿਰ ਜੋ ਪ੍ਰਪੋਜ਼ਲ ਫਿਰ ਗਵਰਨਮੈਂਟ ਆਫ ਇੰਡੀਆ। ਇਹਦਾ ਮਤਲਬ ਹੈ ਪੰਜਾਬ ਸਰਕਾਰ ਸੁੱਤੀ ਹੈ। ਉਹਨੇ ਬੁਲੰਦ ਨਿਊਜ਼ ਲਈ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ।